ਮੇਰੀ ਟੰਗੇ ਕੰਧਾਂ ਉੱਤੇ ਜੜ ਕੇ ਫਰੇਮ ਚ ਕੋਈ ਇੱਥੇ ਆਰਮੀ ਨਹੀਂ ਕੱਲੀ ਬਣ ਮੈਂ ਨਾ ਕਿਸੇ ਨਾਲ। ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਹਰਮਨ ਪਿਆਰੇ ਕੁੱਤੇ ਖਾਣੀ ਟਾਕ ਸ਼ੋਅ ਦੇ ਵਿੱਚ। ਅੱਜ ਲਵਾਂਗੇ ਸਾਰਿਆਂ ਦੀ ਕੋਲਾ। ਹੱਥ ਰੱਖ ਲੋ ਆਪਣੇ ਦਿਲਾਂ ਤੇ ਵਿਆਹੇ ਤੇ ਕੁਆਰੇ, ਮੈਂ ਦੱਸਣ ਲੱਗਾ ਗੋਰੀਆਂ ਮੀਮਾਂ ਦੇ ਨਜ਼ਾਰੇ। ਮੀਮਾਂ ਦੇ ਨਜ਼ਾਰੇ ਛੱਡੋ ਤੁਸੀਂ ਖੋਤੀ ਦਿਓ, ਤੁਹਾਨੂੰ ਮੈਂ ਆਪਣੀਆਂ ਵਾਲੀਆਂ ਦੇ ਨਜ਼ਾਰੇ ਦੱਸਾਂ। ਪਹਿਲਾਂ ਬੰਦੇ ਜਾਂਦੇ ਹੁੰਦੇ ਸੀ ਕਨੇਡਾ ਅਮੈਰੀਕਾ ਨਾ, ਅਤੇ ਗੋਰੀਆਂ ਵੇਖਣੀਆਂ ਉਹਨਾਂ ਨੇ। ਲੰਡਨ ਹੈ ਸਟਰੀਟ, ਲੰਡਨ ਸਟਰੀਟ ਅਤੇ ਸਾਊਥ ਹਾਲ ਸਟਰੀਟ ਅਤੇ ਵੈਨਕੂਵਰ ਨਿਊਯਾਰਕ ਮੀਮਾਂ ਵੇਖਣੀਆਂ ਵੀ ਮੀਮਾਂ ਹੈ ਉਹ ਜਰ ਨਿੱਕਰ ਪਾਈ ਇਹਨਾਂ ਨੇ। ਇਹ ਕਿੱਦਾਂ ਆਪਣੇ ਮਾਂ ਪਿਓ ਅੱਗੇ ਸਾਹਮਣੇ ਰਹਿ ਲੈਂਦੀਆਂ ਨੇ, ਕਿੱਦਾਂ ਘੁੰਮ ਲੈਂਦੀਆਂ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਇੱਦਾਂ ਬੰਦਿਆਂ ਨੇ ਗੱਲਾਂ ਕਰਨੀਆਂ ਅਤੇ ਹੁਣ ਆਪਣੀਆਂ ਗਧੀਆਂ, ਹੁਣ ਲੋਕ ਬਾਹਰੋਂ ਆ ਰਹੇ ਨੇ, ਗੋਰੇ ਬਾਹਰੋਂ ਆ ਰਹੇ ਨੇ ਆਪਣੀਆਂ ਵੇਖਣ। ਜਲੰਧਰ, ਚੰਡੀਗੜ੍ਹ, ਵਾਹ ਜੀ ਵਾਹ, ਕਿਆ ਪੰਜਾਬਣਾਂ ਨੇ ਪੱਟ ਕੱਢੇ ਨੇ, ਕਿਆ ਚਿੱਤੜ ਨੇ ਵੀ ਇਹਨਾਂ ਦੇ। ਖੋਤੀ ਦੀ ਇਹ ਬੱਚੀ ਹੈ ਉਹ। ਮੈਂ ਸਵੇਰੇ ਫੋਨ ਕੀਤਾ ਇੱਕ ਆਪਣੇ ਸੱਜਣ ਮਿੱਤਰ ਨੂੰ, ਮੈਂ ਕਿਹਾ ਸੁਣਾ ਵੀ ਇੰਡੀਆ ਦਾ ਕੀ ਹਾਲ ਹੈ, ਤੂੰ ਮੈਨੂੰ ਖੋਤੀ ਦੇ ਨੈਗੂ ਆ ਵੀਡੀਓ ਸੈਂਡ ਕਰਤੀ। ਗਧੀ ਦੀ ਉਹ ਤੇਰੀ ਖੁਸਰੀ ਪੰਜਾਬਣ, ਇਹ ਇਹ ਸਾਲੀ ਅੱਡੀ ਝੁੱਥੜ ਜਨਾਨੀ ਹੈ ਇਹ। ਉਹਦੇ ਤੂੰ ਪੰਜਾਬਣ ਲਾ ਦੇ ਉਹ ਪਹਿਲਾਂ ਆਪਣੇ ਨਾਂ ਦੇ ਪਿੱਛੋਂ। ਪੰਜਾਬਣ ਐਡੀ ਵੱਡੀ ਤੂੰ ਰਹਿੰਦੀ ਨਹੀਂ ਪੰਜਾਬਣ, ਤੇਰੇ ਚਿੱਤੜਾਂ ਦੇ ਥੋੜੀ ਮਾਰਾਂ, ਤੇਰੇ ਚਿੱਤੜ ਜਿਹੜੇ ਬਾਹਰ ਨਿਕਲੇ ਤੇ ਅੰਦਰ ਵਾੜਦਾ। ਇਹ ਗਧੀ ਦੀ ਬੱਚੀ ਨੇ ਨਾ ਕਿਸਾਨੀ 'ਤੇ ਪੋਸਟ ਪਾਈ ਹੈ ਅਤੇ ਨਾ ਕੋਈ ਇੰਨੇ ਗੱਲ ਕੀਤੀ, ਕੋਈ ਵੀ ਨਹੀਂ ਨਾ ਗਈ ਹੈ। ਐਡੀ ਗਧੀ ਦੀ ਬੱਚੀ ਹੈ ਅਤੇ ਪੰਜਾਬਣ ਆਪਣਾ ਨਾਂ ਪਿੱਛੇ ਲਾ ਕੇ ਨਾ, ਅਤੇ ਪਤਾ ਨਹੀਂ ਕਿੰਨਾ ਕੁ ਇਹਨੇ ਪੰਜਾਬੀਆਂ ਦੇ ਸਿਰ ਤੋਂ ਖਾਧਾ, ਪਤਾ ਨਹੀਂ ਕਿੰਨਾ ਖਾਧਾ। ਹਰ ਰੀਲ 'ਚ ਇਹਦਾ ਪੰਜਾਬੀ ਗਾਣਾ ਹੁੰਦਾ, ਹਰ ਦੂਜੇ ਦਿਨ ਬਾਅਦ ਪੰਜਾਬ ਵੜੀ ਹੁੰਦੀ, ਨਾ ਪਿੱਛੇ ਪੰਜਾਬਣ ਲੱਗਾ। ਪਰ ਪੰਜਾਬ ਦੇ ਹੱਕ 'ਚ ਇਹ ਗਧੀ ਦੀ ਬੱਚੀ ਇੱਕ ਵਾਰੀ ਨਹੀਂ ਆਈ, ਖੋਤੀ ਦੀ ਬੱਚੀ। ਪਰ ਅੱਜ ਸਾਰੀਆਂ ਦੀ ਮਾਂ ਭੈਣ ਇੱਕ ਕਰਾਂਗੇ, ਲੋਕਾਂ ਕੋਲ ਪੁੱਛਾਂਗੇ ਵੀ ਤੁਹਾਨੂੰ ਕਿਹੜੀ ਇਹਨਾਂ ਦੀ ਜਨਾਨੀ ਪਸੰਦ ਆ, ਜਿੰਨੇ ਵਲੋਗਰ ਨੇ। ਲੈਂਦੇ ਹਾਂ ਜੀ ਪਹਿਲੀ ਕੋਲ। ਹੈਲੋ ਹੈਲੋ, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਮਨਿੰਦਰ ਭਾਈ ਕਿੱਦਾਂ ਹਾਲ? ਬਾ ਵਧੀਆ ਭਾਈ, ਤੁਸੀਂ ਸੁਣਾਓ ਕੀ ਹਾਲ ਚਾਲ? ਭਾਈ ਵਧੀਆ ਵਧੀਆ, ਤੁਸੀਂ ਸੁਣਾਓ ਕਿੱਦਾਂ ਹਾਲ? ਵਧੀਆ ਵਧੀਆ। ਕਿੱਥੋਂ ਬੋਲਦਾ ਭਰਾ? ਮੈਂ ਭਾਈ ਬੋਲਦਾ ਨਵਾਂ ਸ਼ਹਿਰ ਤੇ। ਨਵਾਂ ਸ਼ਹਿਰ, ਨਵਾਂ ਸ਼ਹਿਰ, ਖਾਸ ਨਵਾਂ ਸ਼ਹਿਰ? ਉਹਦੇ ਕੋਲ ਪਿੰਡ ਹੈ ਭਾਜੀ। ਅੱਛਾ ਅੱਛਾ, ਉਹ ਤੁਹਾਡੇ ਨਵੇਂ ਸ਼ਹਿਰ ਦੇ ਉਹ ਬੰਦੇ ਬੜੇ ਖਰਾਬ ਕਰ ਰਹੇ ਨੇ ਅੱਜ ਕੱਲ੍ਹ ਭਾਈ। ਇਹਨਾਂ ਨੇ ਬੜਾ ਗੰਦ ਪਾਇਆ ਵਾ ਭਾਜੀ ਯਾਰ, ਬਹੁਤ ਗੰਦ ਪਾਇਆ। ਸਹੀ ਗੱਲ ਹੈ ਭਾਈ, ਇਹਨਾਂ ਨੇ ਬੜਾ ਗੰਦ ਪਾਇਆ ਵਾ ਯਾਰ। ਤੁਹਾਡਾ ਪਿੰਡ ਲੱਗੇ ਕਿ ਦੂਰ ਹੈ ਇਹਨਾਂ ਦੇ ਪਿੰਡ ਤੋਂ? ਸਾਡਾ ਤਾਂ ਦੂਰ ਪੈ ਜਾਂਦਾ ਭਾਜੀ ਯਾਰ। ਅੱਛਾ ਅੱਛਾ, ਤੇ ਭਾਬੀ ਕਿਹੜੀ ਸੋਹਣੀ ਲੱਗਦੀ ਤੁਹਾਨੂੰ ਇਹਨਾਂ ਚੋਂ ਜਿੰਨੇ ਵਲੋਗਰ ਨੇ? ਪਿੰਡਾਂ ਵਿੱਚੋਂ ਸੋਹਣੀ ਤਾਂ ਯਾਰ ਕਿਹੜੀ ਲੱਗਦੀ ਹੈ, ਇਹਨਾਂ ਦਾ ਗੋਰ ਦਾ ਕਰੀਦਾ ਵੀ ਸਵਾਦ ਲੈ ਜਾਂਦਾ, ਚੇਤਾ ਨਹੀਂ ਹੁਣ ਕੌਣ। ਸਵਾਦ ਲਿਆ ਕਰੋ, ਸਵਾਦ ਲਿਆ ਕਰੋ ਇਹਨਾਂ ਦੀ ਜਨਾਨੀਆਂ ਨਾਲ, ਇਹ ਆਪ ਦਿਖਾ ਰਹੇ ਨੇ ਅੱਜ ਕੱਲ੍ਹ ਨਾ, ਪੇਸ਼ ਕਰ ਰਹੇ ਨੇ ਆਪਣੀ ਜਨਾਨੀਆਂ। ਸੱਚੀ ਹੈ, ਉੱਦਾਂ ਚਾਹੇ ਲੋਕ ਮੰਨਣ ਚਾਹੇ ਨਾ ਮੰਨਣ, ਬਈ ਵਿਆਹ ਕਰਾਓ 17-18-20 ਸਾਲ ਦੀ, 22 ਸਾਲ ਦੀ ਉਮਰ 'ਚ, ਅਤੇ ਆਪਣੀ ਘਰ ਵਾਲੀ ਨੂੰ ਟਿਕਟੋਕ ਪਰ ਨਚਾਓ। ਬਿਲਕੁਲ ਬਿਲਕੁਲ ਕਮਾਓ, ਬਿਲਕੁਲ ਬਿਲਕੁਲ, ਸੱਚੀ ਹੈ, ਸੱਚੀ ਹੋ ਵੀ ਜਾਣੀ ਥੋੜ੍ਹੇ ਟਾਈਮ 'ਚ। ਹਾਂ 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 ਹਾਂ, ਸੁਣ ਲਓ ਨਵੇਂ ਸ਼ਹਿਰੀਓ, ਕਮੀਨੀ ਪਵਨ ਹੈ ਤੁਹਾਡੇ ਸ਼ਹਿਰ ਤੋਂ ਫੋਨ ਆਇਆ, ਲੋਕ ਤਾਂਗਣੇ ਤੁਹਾਡੇ ਤੋਂ, ਆਪਣੀਆਂ ਆਦਤਾਂ ਸੁਧਾਰੋ। ਸਹੀ ਗੱਲ ਹੈ, ਇੱਕ ਇਹ ਭਾਜੀ, ਇੱਕ ਦੂਜਾ ਹੋਰ ਹੈ। ਕਿਹੜਾ ਕਿਹੜਾ ਦੱਸੋ ਮੇਰਾ ਭਰਾ? ਇਹ ਜਿਹੜਾ ਇੱਕ ਉਹ ਕੈਨੇਡਾ ਵਾਲਾ ਜਿਹੜਾ, ਉਹ ਮੰਗਤਾ ਕਿਹੜੀਓ ਇੰਦਰ ਕਿਰਤ, ਹਾਂ ਇੱਕ ਇੰਦਰ ਕਿਰਤ, ਇੰਦਰ ਕਿਰਤ ਨੇ ਭਾਜੀ ਬੜਾ ਗੰਦ ਪਾਇਆ। ਮੈਨੂੰ ਜੁੱਤੀ ਮਾਰ ਲਾ ਤੇ ਪਾ ਦੂੰ, ਕਿਹਨਾਂ ਦਾ ਨਾਂ ਲੈ ਲਿਆ, ਮੈਨੂੰ ਜੁੱਤੀ ਠੋਕ ਲਾ ਦੇ, ਇੱਕ ਹੋਰ ਚਿੱਤੜਾ ਤੇ ਜੁੱਤੀ ਠੋਕ ਲਾ ਦੇ। ਇਹ ਤਾਂ ਖੋਤੇ ਦੇ ਬੱਚੇ ਬੜੇ ਡੰਗਰ ਦਿਮਾਗ ਨੇ, ਡੰਗਰ ਦਿਮਾਗ ਇਹਨਾਂ ਦਾ। ਇਹ ਭਾਜੀ ਦੇਖੋ ਤੁਸੀਂ, ਦੇਖੋ ਭਾਜੀ ਸਾਡੇ ਜਿਹੜੀਆਂ ਹੁਣ ਕੁੜੀਆਂ ਇਹ ਨਾ 14-15-16-17 ਸਾਲਾਂ ਦੀਆਂ ਜਿਹੜੀਆਂ ਭਾਜੀ, ਉਹ ਭਾਜੀ ਇਹਨਾਂ ਦੀਆਂ ਵੀਡੀਓ ਦੇਖਦੀਆਂ ਤੇ ਉਹਨਾਂ ਦੇ ਦਿਮਾਗ 'ਚ ਕਿਆ ਗੱਲਾਂ ਆ ਰਹੀਆਂ ਵੀ ਅਸੀਂ ਵੀ ਬੋਏਫ੍ਰੈਂਡ ਬਣਾਈਏ ਭਾਜੀ। ਇਹ ਗੱਲ ਸੱਚੀ ਹੈ, ਤੇ ਇਹ ਮੈਂ ਚੀਜ਼ਾਂ ਦੇਖੀਆਂ ਹੁੰਦੀਆਂ ਆਪਣੇ ਸਾਹਮਣੇ ਆਲੇ ਦੁਆਲੇ ਖੇਤਰ 'ਚ। ਬਿਲਕੁਲ 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 ਸਹੀ ਗੱਲ ਵੀਰ, ਇਹ ਭਾਜੀ ਚੀਜ਼ਾਂ ਹੁੰਦੀਆਂ ਕੁੜੀਆਂ ਬੋਏਫ੍ਰੈਂਡ ਬਣਾਉਂਦੀਆਂ ਇਹਨਾਂ ਨੂੰ ਦੇਖ ਕੇ ਕਿਤੇ ਨਾ ਕਿਤੇ ਭਾਜੀ। ਸਹੀ ਗੱਲ, ਤੁਹਾਡੇ ਘਰ ਦੇ ਵੀ ਦੇਖਦੇ ਇਹਨਾਂ ਦੇ ਵਲੋਗ ਵਲੂਗ ਕਿ ਨਹੀਂ?
ਆਪਣੇ ਘਰ ਦੇ ਨੂੰ ਦੂਰ ਹੀ ਰੱਖੋ ਇਹਨਾਂ ਕੰਜਰਾਂ ਤੋਂ। ਪਿੰਦਰ ਪਵਨ ਭੋਲੀ ਮੰਗਰ ਬਿਲਕੁਲ ਬਿਲਕੁਲ ਵੀਰੇ ਗੱਲ ਤੁਹਾਡੀ ਸਹੀ ਹੈ। ਚਲੋ ਠੀਕ ਹੈ ਮੇਰਾ ਭਰਾ, ਬਹੁਤ ਸ਼ੁਕਰੀਆ ਵੀਰ ਨੇ ਫੋਨ ਕੀਤਾ ਤੇ ਕਰਦੇ ਰਹੋ ਫੋਨ, ਫਿਰ ਆਪਾਂ ਅਗਲੀ ਕੋਲ ਵੀ ਸੁਣ ਲਈਏ ਹੈ ਤੇ ਕੋਈ ਮੈਸੇਜ ਇਹਨਾਂ ਨੂੰ ਕੋਈ ਗਾਲ ਛਾਲ ਕੱਢਣੀ ਹੋਵੇ ਮੇਰਾ ਭਰਾ ਕੱਢ ਸਕਦਾ ਕੀ ਇਹਨਾਂ ਨੂੰ ਮੈਸੇਜ ਕੀ ਹੈ? ਇਹ ਭੈਣ ਚੋਦਾਂ ਨੂੰ ਮੈਂ ਇਹੀ ਦੱਸਣਾ ਚਾਹੁੰਦਾ ਬਈ ਤੁਸੀਂ ਇਹ ਜਿਹੜੀਆਂ ਮੁੱਛਾਂ ਖੁੰਡੀਆਂ ਕਰਾਈਆਂ ਵੀ ਇਹਦਾ ਕੋਈ ਫਾਇਦਾ ਨਹੀਂ, ਲੋਕ ਗੰਦ ਹੀ ਕੁੱਟਦੇ ਤੁਹਾਡੀਆਂ। ਬਿਲਕੁਲ ਇਹ ਘਰ ਵਾਲੀ ਸਿਰ ਤੇ ਮੁੱਛ, ਆ ਬਿਲਕੁਲ ਬਿਲਕੁਲ ਠੀਕ ਠੀਕ ਹੈ। ਖੁੰਡੀਆਂ ਕਰਾਈ ਫਿਰਦੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ। ਆ ਇਹ ਜਿਵੇਂ ਫੁੱਦੂ ਕੰਮ ਹੈ, ਫੁੱਦੂ ਆ ਤੁਸੀਂ ਫੁੱਦੂ, ਲੋਕੀ ਹੱਸਦੇ ਨੇ ਤੁਹਾਡੀਆਂ ਖੁੰਡੀਆਂ ਮੁੱਛਾਂ ਤੋਂ ਖੋਤੀ ਦਿਓ। ਲੋਕ ਆਪਣੀਆਂ ਧੀਆਂ ਭੈਣਾਂ ਦੀ ਕਿਤੇ ਵੀਡੀਓ ਪਹਿਲਾਂ ਚਲੇ ਜਾਂਦੀ ਸੀ, ਲੋਕ ਇੱਕ ਦੂਜੇ ਨੂੰ ਮਾਰ ਦਿੰਦੇ ਤੇ ਇਹ ਸਾਲੇ ਆਪ ਪਾਣ ਲੱਗੇ ਉਹ ਵੀ ਦੇਖੋ। ਬਿਲਕੁਲ ਸਹੀ ਹੈ ਵੀਰੇ, ਥੈਂਕ ਯੂ ਹੈ, ਲਵ ਯੂ ਹੈ ਭਾਜੀ, ਲਵ ਯੂ ਟੂ। ਕਿਉਂਕਿ ਭਾਜੀ ਇੱਕ ਗੱਲ ਹੋਰ ਤੁਹਾਡੇ ਲਈ ਕਹਿਣਾ ਚਾਹੁੰਦਾ ਭਾਜੀ, ਕਿਤੇ ਨਾ ਇਹਨਾਂ ਨੂੰ ਬਹੁਤ ਫਰਕ ਪੈਂਦਾ, ਇਹ ਜਿਹੜੀ ਤੁਸੀਂ ਕੁੱਤੇ ਖਾਣੀ ਕਰਦੇ ਆ ਨਾ ਇਹਨਾਂ ਨੂੰ ਬਹੁਤ ਫਰਕ ਪੈਂਦਾ, ਇਹ ਗੁੱਡ ਹੈ ਭਾਜੀ ਯਾਰ, ਕੋਈ ਮਾੜੀ ਕੰਮ ਨਹੀਂ ਹੈਗਾ, ਗੁੱਡ ਹੈ ਪੂਰਾ ਇਹਨੂੰ ਕੱਟ ਕੇ ਰੱਖਣਾ। ਥੈਂਕ ਯੂ ਮੇਰੇ ਵੀਰ, ਥੈਂਕ ਯੂ ਹੈ, ਸਹੀ ਹੈ, ਫਿਰ ਕਰਾਂਗੇ ਗੱਲ ਆਪਾਂ ਹੈ। ਓਕੇ ਮੇਰਾ ਵੀਰ, ਸਤਿ ਸ੍ਰੀ ਅਕਾਲ, ਓਕੇ ਵੀਰ, ਓਕੇ, ਲਵ ਯੂ, ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ ਭਾਜੀ, ਹਾਂਜੀ ਜ਼ਰੂਰ ਜ਼ਰੂਰ ਦੱਸੋ ਭਾਜੀ ਕੀ ਕਹਿਣਾ ਚਾਹੁੰਦੇ ਤੁਸੀਂ? ਕੀ ਕਹਿਣਾ ਚਾਹੁੰਦਾ ਭਰਾ ਮੇਰਾ ਇਹਨਾਂ ਵਲੋਗਰਾਂ ਬਾਰੇ? ਇਹ ਵਲੋਗਰਾਂ ਬਾਰੇ ਭਾਜੀ, ਇਹਨਾਂ ਨੇ ਗੰਦ ਖਿਲਾਰੀ ਜਾਣਾ ਤੇ ਤੁਸੀਂ ਸਾਫ ਕਰਨਾ ਆ। ਇਹ ਭਾਜੀ ਰਲ ਮਿਲ ਕੇ ਸਾਫ ਹੋਣਾ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ, ਰਲ ਮਿਲ ਕੇ ਸਾਫ ਹੋਣਾ। ਤੇ ਕਿਹੜਾ ਕਿਹੜੇ ਵਲੋਗਰ ਦੀ ਘਰ ਵਾਲੀ ਮੇਰੇ ਭਰਾ ਨੂੰ ਪਸੰਦ ਹੈ? ਭਾਜੀ ਆ ਜਿਹੜੀ ਹੈ ਨਾ ਇੰਦਰਗੀਰਤ ਵਾਲੀ, ਮੈਂ ਆਸਟ੍ਰੇਲੀਆ 'ਚ ਰਹਿ ਕੇ ਵੀ ਆਇਆ ਪਰ ਉਦੋਂ ਇਹ ਗੰਦ ਸਾਲਾ ਇਦਾਂ ਦਾ ਕੁਛ ਵੀ ਹੈ ਨਹੀਂ ਸੀਗਾ ਉੱਥੇ। ਠੀਕ ਆ ਜਿਹੜੀ ਕੀਰਤ ਆ, ਕੀਰਤ ਹੀ ਨਾਂ ਆ ਉਹਦਾ। ਹਾਂਜੀ ਹਾਂਜੀ ਆਹੋ, ਇੱਕ ਤਾਂ ਸਾਡੇ ਦੋ ਹੀ ਜਨਾਨੇ ਜੇ ਲੱਗਦੇ ਰਹਿੰਦੇ ਆ। ਬਿਲਕੁਲ ਬਿਲਕੁਲ ਜਨਾ ਤੇ ਕੀਰਤ, ਹਾਂ 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 ਹਾਂ, ਉਹਨਾਂ ਤੇ ਜ਼ਿਆਦਾ ਜ਼ਿਆਦਾ ਠੋਕ ਕੇ ਨਾ ਰੱਖਿਆ ਕਰੋ ਕੰਮ, ਖਿੱਚ ਉਹਨਾਂ ਤੇ ਆਉਂਦੀ ਤੁਹਾਨੂੰ? ਮੈਂ ਕਿਹਾ ਖਿੱਚ ਉਹਨਾਂ ਤੇ ਆਉਂਦੀ ਤੁਹਾਨੂੰ ਜ਼ਿਆਦਾ? ਹਾਂ ਖਿੱਚ ਉਹਨਾਂ ਤੇ ਆਉਂਦੀ ਆ ਭਾਜੀ। ਅੱਛਾ ਛਿੱਤਰ ਮਾਰ ਦਈਏ ਫਿਰ ਦੋ ਮੇਰੇ ਭਰਾ ਦੇ ਨਾਂ ਤੇ? ਹਾਂ ਹਾਂ ਜ਼ਰੂਰ ਜ਼ਰੂਰ। ਆਹ ਲੈ ਆਹ ਆਹ ਖੋਤੀ ਦੇ ਬੱਚੇ ਫਗਵਾੜੇ ਤੋਂ ਛਿੱਤਰ ਤੁਹਾਨੂੰ ਪਏ ਨੇ। ਅੱਛਾ ਵੀਰ ਠੀਕ ਹੈ, ਤੇ ਹੋਰ ਮੇਰਾ ਭਰਾ ਕੀ ਮੈਸੇਜ ਦੇਣਾ ਚਾਹੁੰਦਾ ਇਹਨਾਂ ਇਹਨਾਂ ਖੋਤੀ ਦੇ ਬੱਚਿਆਂ ਨੂੰ? ਇਹਨਾਂ ਨੂੰ ਭਾਜੀ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਜੇ ਤੁਸੀਂ ਪੰਜਾਬ ਦੇ ਬੰਦਿਆਂ ਨੂੰ ਕਿਸੇ ਨੂੰ ਚੰਗੀ ਸਿਹਤ ਨਹੀਂ ਦੇ ਸਕਦੇ ਤਾਂ ਮਾੜੀ ਗੱਲ ਵੀ ਨਾ ਉਹਨਾਂ ਨੂੰ ਹਨਾ ਤੁਸੀਂ ਦੱਸਿਆ ਕਰੋ। ਬਿਲਕੁਲ ਬਿਲਕੁਲ ਹਨਾ, ਕਿ ਜੇ ਕੋਈ ਚੰਗਾ ਮੈਸੇਜ ਨਹੀਂ ਕੋਈ ਦੇ ਸਕਦਾ ਤਾਂ ਉਹਨਾਂ ਨੂੰ ਮਾੜੀਆਂ ਗੱਲਾਂ ਵੀ ਕਿਉਂ ਦੱਸਦੇ ਆ ਤੁਸੀਂ? ਇਹ ਕਹਿੰਦੇ ਸਾਡੀ ਵੀਡੀਓ 'ਚ ਵੇਖ ਕੇ ਲੋਕ ਇੰਸਪਾਇਰ ਹੁੰਦੇ ਨੇ, ਸਟ੍ਰੈਸ ਦੂਰ ਹੁੰਦੀ ਇਹਨਾਂ ਦੀ ਵੀਡੀਓ ਵੇਖ ਕੇ। ਬਿਲਕੁਲ ਵੀਰੇ ਬਿਲਕੁਲ, ਲੋਕੀ ਆਪਣੇ ਮਤਲਬ ਉਹ ਚੀਜ਼ ਤੋਂ ਏਮ ਹਟਾ ਕੇ ਇਹ ਬੰਦੇ ਆ ਆਪਾਂ ਨੂੰ ਦੂਸਰੇ ਪਾਸੇ ਲਾ ਲੈਂਦੇ ਆ। ਕਿਸਾਨੀ ਸੰਘਰਸ਼ ਤੇ ਕਈ ਬੰਦੇ
ਅਰੇ ਕੋਈ ਜਦ ਉਮਰ ਆਈ ਜਾਣੀ ਵੀਡੀਓ ਇਹਨਾਂ ਦੀ ਦੇਖੋਗਾ ਜ਼ਰੂਰ ਹਨ। ਹਾਂ ਚਲੋ ਸਹੀ ਭਾਅ ਜੀ, ਫਿਰ ਅਗਲੀ ਕਾਲ ਵੀ ਚੱਕ ਲਈਏ ਤੇ ਫਿਰ ਕਰਾਂਗੇ ਆਪਾਂ ਗੱਲਬਾਤ। ਜ਼ਰੂਰ ਜ਼ਰੂਰ ਭਾਅ ਜੀ, ਓਕੇ ਵੀਰੇ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ। ਓਕੇ ਹੈਲੋ, ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਹੈ? ਵਧੀਆ ਵਧੀਆ ਵੀਰ, ਕਿੱਥੋਂ ਬੋਲਦਾ ਮੇਰਾ ਭਰਾ? ਭਾਜੀ ਮੈਂ ਬੋਲਣ ਡਿਆ ਕਾਦੀਆਂ ਤੋਂ। ਕਾਦੀਆਂ ਗੁਰਦਾਸਪੁਰੋਂ? ਹਾਂਜੀ ਹਾਂਜੀ, ਗੁਰਦਾਸਪੁਰੋਂ। ਓ ਮਾਈ ਗੋਡ, ਤੁਹਾਡੇ ਗੁਰਦਾਸਪੁਰ ਦੇ ਇੱਧਰ ਮਨਚੜ ਵੀ ਬੜੇ ਮਸ਼ਹੂਰ ਨੇ ਭਾਜੀ। ਹਾਂਜੀ ਹਾਂਜੀ ਭਾਜੀ, ਬਟਾਲੇ ਤੋਂ ਹਨਾ। ਹਾਂ ਬਟਾਲੇ ਤੋਂ ਮੇਰਾ ਭਰਾ। ਹਾਂਜੀ ਹਾਂਜੀ ਹਾਂਜੀ, ਤੇ ਕਿੱਦਾਂ, ਵਧੀਆ ਪਸੰਦ ਹੈ ਜੋੜੀ ਤੁਹਾਨੂੰ? ਠੀਕ ਠੀਕ ਹੈ, ਮੇਰਾ ਭਰਾ ਦੱਸ ਦੱਸ ਦੀਪ ਮਥਾਰੂ ਦੀ ਕਰਤੂਤ ਸੁਣਿਓ, ਮੈਨੂੰ ਭਰਾ ਨੇ ਇੱਕ ਦਿਨ ਪਹਿਲਾਂ ਵੀ ਮੈਸੇਜ ਕੀਤਾ ਸੀ। ਦੱਸ ਵੀਰ, ਖੁੱਲ ਕੇ ਗੱਲ ਦੱਸ, ਕੀ ਕੀਤਾ ਤੇਰੇ ਨਾਲ ਦੀਪ ਮਥਾਰੂ ਨੇ? ਬਿਲਕੁਲ ਪ੍ਰਮੋਸ਼ਨ ਲਾ ਕੇ। ਹਾਂ ਹਾਂ, ਤੇ ਬਾਅਦ ਵਿਚ ਉਹ ਸੋਚਿਆ ਆਪਾਂ ਕੀ ਕਰੇ, ਸਬਸਕ੍ਰਾਈਬਰਾਂ ਨਾਲ ਵਿਊ ਆਉਂਦੇ ਆ, ਗਾਣਾ ਪੂਰਾ ਰੈਡੀ ਸੀ, ਮਿਊਜ਼ਿਕ ਮਤਲਬ 20,000 ਦਾ ਮਿਊਜ਼ਿਕ ਕਰਾਇਆ ਸੀ ਤੇ 30-40,000 ਦੀ ਆਪਾਂ ਵੀਡੀਓ ਸ਼ੂਟ ਕਰਾਈ ਸੀ। ਠੀਕ, ਤੇ ਬਾਅਦ ਵਿਚ ਓਹਦੇ ਚੈਨਲ ਤੇ ਪਾਤਾ, ਸਵੇਰੇ ਪਾਇਆ ਗਾਣਾ, ਤੇ ਸ਼ਾਮਾਂ ਨੂੰ ਵਿਊ ਨੀ ਆਏ ਇੰਨੇ, 5-6,000 ਆਏ ਵਿਊ। ਹਾਂ, ਤੇ ਫਿਰ ਪ੍ਰਮੋਸ਼ਨ ਲਵਾ ਤੀ ਆਪਾਂ। ਅੱਛਾ, ਪਹਿਲਾਂ ਤੇ ਜਦੋਂ ਓਹਨੇ ਗਾਣਾ ਮਤਲਬ ਸਾਡਾ ਲੈਣਾ ਸੀ, ਓਦੋ ਬਹੁਤ ਵੀਰ ਜੀ ਭਾਜੀ ਅਸੀਂ ਇਕੱਠੇ ਕੰਮ ਕਰਾਂਗੇ ਹਨਾ। ਤੇ ਬਾਅਦ ਚ ਜਦੋਂ ਗਾਣਾ ਰਿਲੀਜ਼ ਹੋ ਗਿਆ, ਪ੍ਰਮੋਸ਼ਨ ਲੱਗ ਗਈ, ਤੇ ਬਾਕੀ ਬਾਅਦ ਚ ਤੂੰ ਕੌਣ ਤੇ ਮੈਂ ਕੌਣ ਬਲੌਗ ਮਾਰਤਾ ਚੁੱਕੇ। ਤੇ ਕਿੰਨੇ ਕੁ ਵਿਊ ਹੁਣ ਤੇਰਾ ਗਾਣਾ ਹੈ ਇਹਨਾਂ ਦੇ ਚੈਨਲ ਤੇ? ਹਾਂਜੀ ਹਾਂਜੀ, ਚੈਨਲ ਤੇ ਹੈਗਾ। ਕੀ ਨਾਂ, ਕੀ ਗਾਣੇ ਦਾ? ਮਤਲਬ ਇਹਨਾਂ ਦੇ ਮੰਮੀ ਡੈਡੀ ਵੀ ਆਏ ਸੀ ਉੱਥੇ ਸ਼ੂਟ ਵਿੱਚ ਮਤਲਬ ਕਰਨ, ਉਹਨਾਂ ਨੇ ਵੀ ਪੈਸੇ ਖੜੇ ਸਾਡੇ ਕੋਲ ਕਿੰਨੇ। ਅੱਛਾ, ਕਿੰਨੇ ਪੈਸੇ ਦਿੱਤੇ ਇਹਦੇ ਮੰਮੀ ਡੈਡੀ ਨੂੰ? ਇਹਨਾਂ ਦੇ ਮੰਮੀ ਡੈਡੀ ਨੂੰ ਦਿੱਤੇ 4,000 ਰੁਪਈਆ ਦਿੱਤਾ। ਠੀਕ ਠੀਕ, ਹੁਣ ਵੀ ਗਾਣਾ ਹੈ ਤੁਹਾਡਾ ਇਹਨਾਂ ਦੇ ਚੈਨਲ ਤੇ? ਹਾਂਜੀ ਹੈਗਾ। ਹਾਂਜੀ, ਕੀ ਕੀ ਨਾਂ ਕੀ ਉਹਦਾ? ਉਹਦਾ ਨਾਮ ਆ ਜਸ ਰਿਆੜ ਵਿਚੋਲਾ। ਅੱਛਾ, ਜਸ ਰਿਆੜ ਵਿਚੋਲਾ, ਸੌਂਗ ਦਾ ਨਾਮ ਵਿਚੋਲਾ। ਤੇ ਕਿੰਨੇ ਕੁ ਵਿਊ ਆਏ ਸੀ ਉਹ ਗਾਣੇ ਤੇ? ਮਤਲਬ ਉਹਨਾਂ ਤੇ ਬਾਅਦ ਚ ਪਹਿਲਾਂ ਤੇ ਆਏ ਸੀ ਸਵੇਰ ਤੋਂ ਜਦੋਂ ਗਾਣਾ ਪਾਇਆ ਸੀ ਉਦੋਂ ਸ਼ਾਮਾਂ ਤੱਕ। ਨਹੀਂ, ਹੁਣ ਟੋਟਲ ਕਿੰਨੇ ਨੇ ਵਿਊ? ਟੋਟਲ ਹੈਗੇ ਆ 1,04,000। ਤੇ ਮੇਰਾ ਭਰਾ, ਤੈਨੂੰ ਵਾਹ ਵਾਹ ਪੈਸੇ ਆ ਗਏ ਹੋਣੇ ਨੇ 1,00,000 ਤੇ, ਪਤਾ ਕਿੰਨੇ ਕੁ ਪੈਸੇ ਆ ਜਾਂਦੇ ਹੋਣੇ ਨੇ ਇਹਨਾਂ ਨੇ ਕਮਾ ਲਿਆ ਕੋਈ? ਵਾਹ ਵਾਹ ਪੈਸੇ ਆ ਗਏ ਯਾਰ, $500-600 ਆਇਆ ਹੋਣਾ ਇਹਨਾਂ ਨੂੰ। 500-600 ਭਾਜੀ, ਇੱਕ ਗੱਲ ਇੱਦਾਂ ਹੁੰਦੀ ਨਾ ਕਿ ਜਿੱਦਾਂ ਆਪਾਂ ਨੋਰਮਲ ਵੀਡੀਓ ਪਾਉਂਦੇ, ਬਾਅਦ ਚ ਸਾਨੂੰ ਕਿਸੇ ਨੇ ਦੱਸਿਆ ਜਿਹੜੀ ਨੋਰਮਲ ਵੀਡੀਓ ਹੁੰਦੀ ਆ ਬੰਦਾ ਇੱਕ ਵਾਰ ਪਲੇ ਕਰਕੇ ਤੇ ਬਾਅਦ ਚ ਥੋੜੀ ਪੈਂਦਾ, ਬਟ ਜਿਹੜਾ ਗਾਣਾ ਵਾ ਉਹ ਤੇ ਰੋਜ਼ ਕਈ ਵਾਰ ਸੁਣਦੇ ਰਹਿੰਦੇ ਆ ਬਾਅਦ ਚ ਵੀ ਸੁਣਦੇ। ਚਲੋ ਠੀਕ ਹੈ, ਮੇਰਾ ਭਰਾ ਤੇ ਸਹੀ ਹੈ, ਤੇ ਕੋਈ ਨੀ, ਦੀਪ ਮਠਾਰੂ ਵੀ ਤੇਰੀ ਵੀਡੀਓ ਵੇਖੇਗਾ ਤੇ ਮੈਂ ਅਗਲੀ ਕਾਲ ਚੱਕ ਲਾ, ਫਿਰ ਮੇਰਾ ਭਰਾ ਗੱਲ ਕਰਾਂਗੇ ਭਰਾ ਅਗਲੀ ਵੀਡੀਓ ਚ। ਹੈ, ਓਕੇ ਓਕੇ, ਹਾਂਜੀ ਹਾਂਜੀ, ਜ਼ਰੂਰ ਭਾਜੀ। ਓਕੇ ਵੀਰ, ਸਤਿ ਸ਼੍ਰੀ ਅਕਾਲ। ਓਕੇ ਮੇਰਾ ਵੀਰ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸੰਧੂ ਸਾਹਿਬ, ਕੀ ਹਾਲ ਚਾਲ ਹੈ? ਠੀਕ ਠਾਕ, ਵਧੀਆ ਭਾਜੀ। ਅੱਛਾ, ਮਸ਼ੇਰ ਸੰਧੂ ਬਿੰਦ ਰੱਖੀਏ ਨੇ ਜਿਹੜਾ ਗਾਣੇ ਦਿੰਦਾ ਸੀ, ਉਹ ਤਾਂ ਨਹੀਂ ਮੇਰਾ ਭਰਾ? ਨਹੀਂ ਨਹੀਂ ਵੀਰੇ, ਮੈਂ ਸਾਧਾਰਨ ਜਿਹਾ ਸੰਧੂ। ਅੱਛਾ ਅੱਛਾ, ਮੈਂ ਕਿਹਾ ਨਾਂ ਲਿਖਿਆ ਨਾ ਉੱਤੇ ਸੰਧੂ ਸ਼ਮਸ਼ੇਰ, ਮੈਂ ਕਿਹਾ ਮੈਨੂੰ ਇੰਨੀ ਮਾਣ ਹੱਸੀ ਦਾ ਫੋਨ ਆ ਗਿਆ। ਨਹੀਂ ਨਹੀਂ ਵੀਰੇ, ਆਪਾਂ ਤਾਂ ਤੈਨੂੰ ਪਤਾ ਹੀ ਆ। ਤੇ ਭਰਾ ਕਿੱਥੋਂ ਬੋਲਦਾ? ਤਰਨ ਤਾਰਨ ਸਾਬੀ ਵੀਰ ਦੇ ਜ਼ਿਲ੍ਹੇ ਚੋਂ ਹੈ। ਅੱਛਾ ਅੱਛਾ, ਠੀਕ ਮੇਰਾ ਭਰਾ, ਤੇ ਕੀ ਕਹਿਣਾ ਚਾਹੁੰਦਾ ਭਰਾ ਮੇਰਾ? ਹਾਂਜੀ ਹਾਂਜੀ, ਠੀਕ ਠੀਕ ਮੇਰਾ ਭਰਾ। ਤੇ ਇਹ ਵਲੋਗਰਾਂ ਬਾਰੇ ਦੱਸ ਮੇਰਾ ਭਰਾ, ਵਲੋਗਰਾਂ ਚ ਜਨਾਨੀ ਕਿਹਦੀ ਸੋਹਣੀ ਜ਼ਿਆਦਾ?
ਅਰੇ ਜਨਾਨੀ ਵੀ ਗੱਲ ਤੂੰ ਛੱਡੋ, ਪਰ ਨਹੀਂ ਇਹਨਾਂ ਲੋਕਾਂ ਸ਼ਰਮ ਹੀ ਲਾਤੀ ਸਾਡੀ ਇੱਥੇ। ਤੁਸੀਂ ਆਉਂਦੇ ਨਾ ਜਦੋਂ ਮੈਂ ਕਿਹਾ ਵੀ ਮੈਨੂੰ ਕਹਿੰਦੇ ਆਖਿਆ ਵੀ ਪੰਜਾਬਣਾ ਇੱਦਾਂ ਕਰਦੀਆਂ, ਤੇ ਮੈਂ ਸਿਰ ਚ ਬੋਤਲ ਮਾਰੀ ਮੇਰਾ ਇੱਦਾਂ ਹੋ ਗਿਆ। ਸਾਡੀ ਭਾਜੀ ਇੱਥੇ ਰੋਜ਼ ਲੜਾਈ ਹੁੰਦੀ, ਰੋਜ਼। ਕਿੱਥੇ ਕਿੱਥੇ ਬੋਲਦਾ ਮੇਰਾ ਭਰਾ? ਅੱਛਾ ਬੰਬੇ। ਬੰਬੇ ਬੰਦੇ ਖਜਾਂਦੇ ਹੋਣੇ ਤੈਨੂੰ ਕਹਿ ਕੇ ਵੀ ਤੁਹਾਡੀਆਂ ਪੰਜਾਬਣਾ ਕੀ ਕਰਦੀਆਂ ਪਈਆਂ? ਭਰਾ ਦੀ ਗੱਲ ਸਮਝ। ਇਹ ਭਰਾ ਕਰਦਾ ਬੰਬੇ ਕੰਮ ਤੇ ਕਹਿੰਦਾ ਸਾਡੇ ਨਾਲ ਜਿਹੜੇ ਨਾ ਸਾਨੂੰ ਮਤਲਬ ਕਿ ਛੇੜਦੇ ਆ ਕਹਿ ਕੇ ਵੀ ਤੁਹਾਡੀਆਂ ਪੰਜਾਬਣਾ ਕੀ ਕਰਤੂਤਾਂ ਕਰਦੀਆਂ ਪਈਆਂ, ਤੇ ਕਹਿੰਦਾ ਸਾਡੀ ਲੜਾਈ ਹੁੰਦੀ ਹੈ। ਉਹ ਖੋਤੀ ਦੇ ਉਹ ਮੁੜ ਜਾਓ ਕੰਜਰੋ ਵੀਰ, ਤੇਰੇ ਨਾਂ ਦੀ ਮੈਂ ਇੱਕ ਤੋਂ ਛਿੱਤਰ ਫੇਰਦਾ ਇਹਨਾਂ ਦੇ। ਮੈਂ ਕਿਹਾ ਇੱਕ ਤੋਂ ਜੁੱਤੀ ਮਾਰਦਾ ਇਹਨਾਂ ਦੇ ਤੇਰੇ ਨਾਂ ਦੀ। ਆਹ ਲੋ ਜੀ ਸ਼ਮਸ਼ੇਰ ਸੰਧੂ ਵੱਲੋਂ ਜੁੱਤੀ ਆਈ ਤੁਹਾਨੂੰ। ਐ ਲੈ ਖੋਤੀ ਦੇ ਬੱਚਿਓ ਮੁੜ ਜਾਓ, ਲੋਕਾਂ ਦੇ ਸਿਰ ਪੜਿੰਦੇ ਬੇੜੇ ਤੁਹਾਡੇ ਕਰਕੇ। ਅੱਛਾ ਮੇਰਾ ਭਰਾ ਠੀਕ ਹੈ। ਉਹ ਨਹੀਂ ਮੇਰਾ ਭਰਾ, ਨਹੀਂ ਨਹੀਂ ਗੱਡੀ ਨਹੀਂ ਚਾੜਨੀ ਇਹਨਾਂ ਦੇ। ਖੋਤੀ ਦੇ ਨੂੰ ਬੇਇੱਜ਼ਤ ਕਰੋ ਜਿੰਨਾ ਕਰਨ ਹੁੰਦਾ, ਇਹਨਾਂ ਨੂੰ ਕੁਛ ਨਹੀਂ ਕਹਿਣਾ, ਇਹਨੂੰ ਬੇਇੱਜ਼ਤੀ ਕਰੋ, ਇਹਨਾਂ ਦੀ ਬੇਇੱਜ਼ਤੀ ਕਰੋ। ਇਹਨੂੰ ਕਹੋ ਤੇਰੀ ਘਰ ਵਾਲੀ ਦੇ ਚਿੱਤੜ ਬੜੇ ਸੋਹਣੇ ਨੇ, ਇਹ ਆਪ ਪੁੱਛਦੇ ਨੇ ਨਾ ਵੀ ਸਾਡੀ ਘਰ ਵਾਲੀ ਕਿੱਦਾਂ ਦੀ ਲੱਗਦੀ ਪਈ ਹੈ, ਤੇ ਇਹਨਾਂ ਨੂੰ ਕਹੋ ਤੁਹਾਡੀ ਘਰ ਵਾਲੀ ਬੜੀ ਸੋਹਣੀ ਲੱਗਦੀ ਹੈ। ਮੇਰਾ ਦਿਲ ਕਰਦਾ ਤੁਹਾਡੀ ਘਰ ਵਾਲੀ ਨੂੰ ਮੈਂ ਅੰਬ ਵਾਂਗੂ ਚੂਸ ਜਾਵਾਂ। ਮੇਰੀ ਗੱਲ ਸੁਣੋ। ਹਾਂ ਮੇਰਾ ਭਰਾ, ਕੰਜਰ ਨੇ ਵੀਰ, ਕੰਜਰ ਨੇ ਕੰਜਰ ਬੰਦਾ ਚਪੇੜਾ ਮਾਰੇ ਵੀਰ। ਸਹੀ ਗੱਲ, ਉਹ ਢੋਂਗੀ ਬਾਬਾ ਤੇ ਬਹੁਤ ਢੋਂਗੀ ਏ ਉਹ, ਤੇ ਛੱਡ ਗੱਲ ਤੇ ਵੀਰ। ਉਹ ਪਹਿਲਾਂ ਕਹਿੰਦੇ ਹੁੰਦੇ ਸੀ ਅਸੀਂ ਕੁਝ ਖਾਂਦੇ ਨੀ, ਅਸੀਂ ਤੇ ਸਰਬਲੋਚ ਖਾਈਦਾ, ਤੇ ਹੁਣ ਸਾਲਾ ਮੁਰਗਾ ਵੀ ਚੱਕੀ ਜਾਂਦਾ, ਹੁਣ ਮੱਛੀ ਵੀ ਖਾਂਦਾ, ਸਾਰੇ ਕੰਮ ਕਰਦਾ ਉਹ, ਬੜਾ ਫੁੱਦੂ ਬੰਦਾ ਉਹ। ਬਿਲਕੁਲ ਬਿਲਕੁਲ ਮੇਰਾ ਵੀਰ, ਚੱਲ ਸਹੀ ਮੇਰਾ ਵੀਰ ਬੜਾ। ਤੇ ਕੁਛ ਕਹਿਣਾ, ਹੋਰ ਕੁਛ ਕਹਿਣਾ? ਬਿਲਕੁਲ ਬਿਲਕੁਲ, ਉਹੀ ਵੇਖਦੇ ਨੇ, ਵੇਂਦੇ ਉਹੀ ਵੇਂਦੇ ਨੇ ਕੁੜੀਆਂ ਜਿਹੜੀਆਂ ਅੱਜ ਕੱਲ੍ਹ ਦੀਆਂ ਨਾ, ਜੰਗ ਮੁੰਡੇ ਜੰਗ ਨੇ 18 ਸਾਲਾਂ ਦੇ 16 ਦੇ, ਉਹੀ ਵੇਂਦੇ ਨੇ, ਹੋਰ ਕੋਈ ਨਹੀਂ ਵੇਂਦਾ ਇਹਨਾਂ ਨੂੰ। ਪਾਗਲ, ਚੱਲ ਸਹੀ ਮੇਰਾ ਵੀਰ, ਫਿਰ ਕਰਦਾ ਨੀ ਫੋਨ ਹੈ। ਚੱਲ ਸਹੀ ਮੇਰਾ ਵੀਰ, ਫਿਰ ਕਰੀ ਅਗਲੀ 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 ਵਾਰੀ ਵੀ ਕਾਲ ਕਰੀ, ਤੇ ਹੁਣ ਮੈਂ ਕਿਸੇ ਹੋਰ ਦੀ ਕਾਲ ਵੀ ਚੱਕ ਲਾ। ਓਕੇ ਮੇਰਾ ਵੀਰ, ਓਕੇ। ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਜਲੰਧਰ, ਓਹੋ ਗਗਨ ਲਾਲੀ ਦੇ ਸ਼ਹਿਰ ਚ ਬੋਲ ਰਹੇ ਤੁਸੀਂ? ਗਗਨ ਲਾਲੀ ਗਵਾਂਢੀ ਆਪਣਾ ਸ਼ਹਿਰ ਦਾ ਹੀ ਹੈ ਫਿਰ? ਓ ਤੁਹਾਡੀ ਨੂੰ ਤੇ ਭਰਾ ਮੇਰਾ, ਸਭ ਤੋਂ ਪਹਿਲਾਂ ਇਹ ਦੱਸ ਵੀ ਤੈਨੂੰ ਵਲੋਗਰਾਂ ਦੀ ਘਰ ਵਾਲੀ ਕਿਹੜੀ ਸੋਹਣੀ ਲੱਗਦੀ? ਇੱਕ ਤੇ ਸਮਝ ਲੈ ਵੀ ਆਸਟ੍ਰੇਲੀਆ ਵਾਲੀ। ਹਾਏ ਹਾਏ, ਉਹਦੇ ਤੇ ਭਰਾਵਾ ਚਿੱਤੜ ਹੀ ਨਹੀਂ ਆ ਤੈਨੂੰ, ਤੂੰ ਕੀ ਵੇਖ ਲਿਆ ਉਹਦੇ ਚੋਂ? ਬਸ ਸਵਾਲ ਹੀ 10 ਮਿੰਟ ਆਹ ਠੜਕ ਭੋਰ ਲਈਦਾ। ਅੱਛਾ ਮੇਰਾ ਭਰਾ, ਤੇ ਦੂਸਰੇ ਨੰਬਰ ਤੇ ਕਮੀਨੀ ਪਵਨ ਵੀ ਠੀਕ ਹੈ? ਓਏ ਹੋਏ ਪਵਨ ਭਾਜੀ, ਸੁਣੋ ਘਰ ਵਾਲੀ ਤੁਹਾਡੀ ਤੇ ਅੱਖ ਰੱਖ ਰਿਹਾ ਭਰਾ ਮੇਰਾ, ਤੇ ਮਾਮਾ ਤੁਹਾਡੇ ਘਰ ਦੇ ਕੋਲ ਤੁਸੀਂ ਏਡੀ ਏਡੀ ਦੂਰ ਨਜ਼ਰ ਰੱਖਦੇ ਪਏ, ਆਸਟ੍ਰੇਲੀਆ ਨਵਾਂ ਸ਼ਹਿਰ ਤੁਹਾਡੇ ਘਰ ਆਪਣੇ ਘਰ ਦੇ ਕੋਲ, ਸੁਨੇਹਾ ਭਾਬੀ ਉਹ ਤੇ ਨਹੀਂ ਨਜ਼ਰ ਰੱਖਣ ਹੁੰਦੀ?
अच्छा अच्छा मेरा भरा सारिया वेखिया कर चंगी तरह मैं भरावा रखिया जेडे जिद ना चिट्टड़ मोटे थी सर ना टेलीस्कोप जहा ओ रखिया मैं पाउज कर करके वेखदा ना भी कि चिट्टड़ भारे ने कि पतले ने बस बस ओरे भरा ने भी रखे बड़े कंजर ने सिरे दे कंजर ने ठीक ठीक बिलकुल बिलकुल नहीं बहुत काम इन्होंने खराब किया नवे जेडिया कुड़िया ने बेचारियां 16-16 साल दियां है ना जंग मुंडे बिगाड़ रहे ने उन्होंने एक खोती दे बच्चे भाभी केड़ी दे चितड़ा दे छितर मारीए ये दस मेरा भरा कि चितड़ पोले करी है तेरे नाल दे दो छितर मारने ने केड़ी भाभी दे मारा इहदे मारा कनेडा वाली उहदे भैण चोदी उह जिहड़ी गंदी नहीं आंदी केड़ी शरण शरण दे ठीक ठीक शरण ओ जबलो हा हा आ भरा दो छित्र ही बिल टका के बजे ने वीर अपना मन सड़िया हुंदा वी इहदे भैण चो ते दो थप्पड़ मारा ना मूंह ते भैण चो ऐसा जी करन दा ना इहो जी फीलिंग उह भैण जदों मंगते बारे आउंदी मैनूं ओह नहीं हुंदियां तां मुच्छां ही बड़ियां भैड़ियां ने वीर ਉਹ ਤੇ ਜਬਲੋ ਪਤਾ ਨਹੀਂ ਕਿੱਦਾਂ ਉਹਦੇ ਨਾਲ ਕੱਟੀ ਜਾਂਦੀ ਦੇਣ ਭੈਣ ਜੋ ਮੈਨੂੰ ਤੇ ਯਾਰ ਉਹ ਜਦੋਂ ਉਹਦੇ ਨਾਲ ਸੌਂਦਾ ਹੋਣਾ ਉਹਦੇ ਨਾਲ ਕਿਸ ਮਿਸ ਕਰਦਾ ਹੋਣਾ ਉਹ ਤੇ ਅੱਖਾਂ ਔਖਾਂ 'ਚ ਨਹੀਂ ਵੱਜਦੀ ਉਹਦੇ ਮੁੱਛੋ ਦੀ ਮੈਂ ਕਹਿੰਦਾ ਉਹ ਕਹਿੰਦੀ ਉਹਨੇ ਮੁੱਛਾਂ ਨਾਲ ਖੁਰਕ ਕਰ ਮੇਰੇ ਥੱਲੇ ਚੱਲ ਸਹੀ ਮੇਰਾ ਭਰਾ ਸ਼ੋ ਮਾਵਾਂ ਭੈਣਾਂ ਵੇਖ ਰਹੀਆਂ ਨੇ ਤੇ ਠੀਕ ਹੈ ਫਿਰ ਅਗਲੀ ਕੋਲ ਚੱਕ ਲਾ ਮੈਂ ਅਗਲੀ ਵਾਰੀ ਵੀ ਫੋਨ ਕਰੀ ਚੰਗਾ ਮੇਰਾ ਭਰਾ ਸਤਿ ਸ਼੍ਰੀ ਅਕਾਲ ਓਕੇ ਓਕੇ ਆ ਮੰਗਤੇ ਆ ਸੁਣ ਲਾ ਤੇਰੀਆਂ ਕਰਤੂਤਾਂ ਵੇਖ ਸੁਣ ਐਮ ਫੇਮ ਭਾਲਦੇ ਨੇ ਮੁੰਡੇ ਵਿਚਾਰੇ ਨਾ ਜਿੰਨਿਆਂ ਨੇ ਕੋਲ ਕੀਤੇ ਫੇਮ ਭਾਲਦੇ ਨੇ ਫੇਮ ਦੇ ਭੁੱਖੇ ਨੇ ਇਹ ਮੱਚਦੇ ਨੇ ਤੁਹਾਡੀ ਚੜ੍ਹਾਈ ਤੂੰ ਖੋਤੀ ਦਿਓ ਫੇਮ ਦਿਓ ਵਿਚਾਰਿਆਂ ਨੂੰ ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਮਹਾਰਾਜ ਬਾ ਵਧੀਆ ਭਾਜੀ ਤੁਸੀਂ ਸੁਣਾਓ ਕੀ ਹਾਲ ਚਾਲ ਹੈ गुरदासपुर दी मठारू दा इलाका आहो यार तुहाडे शहर दा नाम रोशन कीता अगले ने भाई सल्फास खा के मन चन भी तुहाडे आलदे ने आहो आहो भाभी केड़ी सोहनी लगती मेरे भरा दस ना दिल खोल के दस मेरा भरा दस दस तेरी केड़ी फोटो आंदी पी है दस दस केड़ी भाभी सोहनी लगती आए चन मुंडे साढ़े तो दिल लुट लिया तू चल कोई नी चानना चानना तेनू मिलाने किसी दिन आहो नाल नहीं आएगा ओदे घर वाला नाल नहीं आएगा कल्ली आएगी नहीं नहीं मैं गल करनी सी तां नाल दे लो पंजाबी ब्लॉगर लो आ दसो मेरा भरा हुकम करो मैं नहीं सच्ची सीरियसली सीरियस सीरियस गल कर यार सीरियस गल की हो गया पहला जदों मतलब मैं देखदा हुंदा सी तो चलो बाद च देखिया ना जदों तुहानू मैं देखिया भी ओदे राही आ जदों उहने तुहानू मतलब जदों उहने ब्लॉग बणाया ਤੁਹਾਡੇ ਤੇ हां गाला गुला कढ़िया मैनूं ने ਤੇ ਮਤਲਬ ਐਵੇਂ ਕਰਾਂ ਵੀ ਮੈਨੂੰ ਹਨਾ ਪਹਿਲੋਂ ਪਹਿਲੋਂ ਮੈਨੂੰ ਮੈਂ ਵੇਖਣਾ ਮੈਨੂੰ ਵਧੀਆ ਲੱਗਣਾ ਸਾਰਾ ਕੁਝ ਹਾਂ
ਪੀ ਨਾ ਬਾਹਲਾ ਸੋਚਿਆ ਨੀ ਬਿਲਕੁਲ ਤੇ ਜਦੋਂ ਹੌਲੀ ਹੌਲੀ ਬਾਅਦ ਚ ਮੈਂ ਜਦੋਂ ਤੁਹਾਡਾ ਵੇਖਿਆ ਤੇ ਮਤਲਬ ਉਹ ਗੱਲਾਂ ਜੀ ਸਮਝ ਆਈਆਂ ਵੀ ਸਹੀ ਗੱਲ ਆ ਹਾਂ ਬੜੇ ਜੁੜਨੇ ਨੇ ਤੇ ਨੀ ਸਮਝ ਆਈ ਮੇਰੀ ਗੱਲ ਤੇ ਉਹਦੇ ਤੋਂ ਬਾਅਦ ਲੋਕੀ ਇਹਦੇ ਵੱਲ ਬੜੇ ਆਏ ਸੀ ਮੇਰੇ ਵੱਲ ਇਹਨੂੰ ਮੈਂ ਕਿਹਾ ਸੀ ਮੈਂ ਨਾ ਬਣਾਈ ਵੀਡੀਓ ਗਲਤੀ ਹੋਏਗੀ ਤੇਰੀ ਕੁਛ ਨੀ ਕੁਛ ਨੀ ਵੀਰੇ ਪੱਲੇ ਛੇਕੂ ਬੰਦਾ ਸਾਲਾ ਨੋਰਮਲ ਬੰਦਿਆਂ ਵਰਗਾ ਬੰਦਾ ਵੇ ਆਪਣੇ ਆਪ ਨੂੰ ਬੜਾ ਪੇਸ਼ ਕਰਦਾ ਨਾ ਮੈਂ ਅੰਬਾਨੀ ਦੀ ਲਾਗਾ ਉਹ ਬੰਦਾ ਭਾਜੀ ਰਹਿੰਦਾ ਸੀ ਤੇ ਮਣੀ ਪੰਜਾਬ ਉਹ ਫਿਰ ਵੀ ਵਧੀਆ ਸੀ ਹਨਾ ਉਹ ਨਹੀਂ ਮੁੰਡੇ ਚੰਗੇ ਸੀ ਉਹ ਮੁੰਡੇ ਚੰਗੇ ਸੀ ਥੈਂਕ ਯੂ ਮੇਰਾ ਭਰਾ ਤੇ ਮੈਂ ਹੁਣ ਅਗਲੀ ਕਾਲ ਵੀ ਚੱਕ ਲਾ ਤੇ ਸਹੀ ਫਿਰ ਗੱਲਬਾਤ ਹੁੰਦੀ ਰਹੇਗੀ ਹੈ ਥੈਂਕ ਯੂ ਮੇਰਾ ਵੀਰ ਥੈਂਕ ਯੂ ਬਾਅਦ ਖਿੱਚ ਕੇ ਰੱਖੇਗਾ ਤੇਰਾ ਭਰਾ ਉਹਨਾਂ ਦੇ ਬੈਬੇ ਨੂੰ ਹੀ ਹੈ ਮੈਂ ਉਹਨਾਂ ਦੀ ਨੂੰ ਕੋਈ ਨੀ ਪਾੜ ਦਾਂਗੇ ਅਸੀਂ ਚੁੰਦ ਰੱਖ ਰੱਖ ਕੇ ਤੁਸੀਂ ਬਸ ਸਾਥ ਦੋ ਭਰਾ ਦਾ ਵੇਖਿਓ ਸੀ ਇਹਨਾਂ ਦੇ ਮੈਂ ਇਹਨਾਂ ਨੂੰ ਮੂੰਹ ਦਿਖਾੜ ਜੋਗਾ ਨਹੀਂ ਛੱਡਣਾ ਬਸ ਲਵ ਯੂ ਮੇਰਾ ਭਰਾ ਹੋ ਗਿਆ ਥੈਂਕ ਯੂ ਮੇਰਾ ਵੀਰ ਓਕੇ ਮੇਰਾ ਵੀਰ ਓਕੇ ਉਹ ਖੋਤੀ ਦਿਓ ਸੁਣ ਲਓ ਆਪਣੀਆਂ ਕਰਤੂਤਾਂ ਅੰਨੀ ਦਿਓ ਕੋਈ ਕੋਈ ਬੰਦਾ ਨਹੀਂ ਤੁਹਾਨੂੰ ਪਸੰਦ ਕਰਦਾ ਅਤੇ ਜਿਹੜੇ ਵੀ ਵੇਖਦੇ ਨੇ ਤੁਹਾਡੀਆਂ ਜਨਾਨੀਆਂ ਦੇ ਸਿਰਫ ਚਿੱਤੜ ਵੇਖਦੇ ਨੇ ਚਿੱਤੜ ਛਾਤੀਆਂ ਵੀ ਕਿੰਨੇ ਆ ਭਾਰੀਆਂ ਹੋ ਗਈਆਂ ਨੇ ਸੋ ਇਹ ਜੀ ਸੀ ਸਾਡਾ ਅੱਜ ਦਾ ਪ੍ਰੋਗਰਾਮ ਤੁਸੀਂ ਵੇਖੇ ਹੋਈਏ ਬਾਕੀ ਮੈਂ ਚਾਹਾਂਗਾ ਕਿ ਅਗਲੀ ਵੀਡੀਓ ਦੇ ਵਿੱਚ ਜਦੋਂ ਵੀ ਅਗਲਾ ਇੱਕ ਹਫ਼ਤੇ 'ਚ ਇਹ ਪ੍ਰੋਗਰਾਮ ਕਰਿਆ ਕਰਾਂਗੇ ਮੈਂ ਚਾਹੁੰਦਾ ਕਿ ਮੇਰੀਆਂ ਮਾਵਾਂ ਭੈਣਾਂ ਵੀ ਫੋਨ ਕਰਨ ਉਹ ਵੀ ਆਪਣੀ ਇਹਦੇ ਉੱਤੇ ਦੱਸਣ ਵੀ ਕੀ ਚੱਕਰ ਹੈ ਕੀ ਨਹੀਂ ਭਾਅ ਜੀ ਕਾਲਾਂ ਬੰਦ ਹੋ ਗਈਆਂ ਨੇ ਹੁਣ ਕਾਲ ਨਾ ਕਰੋ ਅਤੇ ਚਾਹਾਂਗਾ ਕਿ ਮਾਵਾਂ ਭੈਣਾਂ ਵੀ ਫੋਨ ਕਰਨ ਉਹ ਵੀ ਦੱਸਣ ਆਪਣਾ ਓਪੀਨੀਅਨ ਬੇਝਿਜਕ ਹੋ ਕੇ ਤੁਹਾਡਾ ਨਾਂ ਨਾ ਰਿਵੀਲ ਹੋਏਗਾ ਤੁਹਾਡਾ ਨਾ ਕੋਈ ਕੋਈ ਚੱਕਰ ਨਹੀਂ ਤੁਸੀਂ ਬੇਧੜਕ ਹੋ ਕੇ ਪੁੱਛੋ ਕਿਸੇ ਦੀ ਕੋਈ ਪ੍ਰਾਈਵੇਸੀ ਨੂੰ ਟੱਚ ਤੱਕ ਨਹੀਂ ਕੀਤਾ ਜਾਏਗਾ ਬਸ ਬੇਧੜਕ ਹੋ ਕੇ ਗਾਲਾਂ ਕੱਢਣ ਨੂੰ ਜੋ ਕਰਨਾ ਕਰੋ ਜੀ ਹੁਣ ਮੈਂ ਵੀ ਇਹਨਾਂ ਦੀ 2 ਮਿੰਟ ਕੁੱਤੇ ਖਾਣੀ ਕਰ ਹੀ ਜਾਵਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਅੱਜ ਕੱਲ੍ਹ ਪੰਜਾਬ 'ਚ ਪਹਿਲਾਂ ਪ੍ਰੀ ਵੈਡਿੰਗ ਹੁੰਦੀ ਸੀ ਪਰ ਅੱਜ ਕੱਲ੍ਹ ਨਵਾਂ ਹੀ ਕੰਜਰਖਾਨਾ ਚੱਲੇ ਆ ਆਹ ਫੋਟੋ ਵੇਖੋ ਇੱਕ ਆਹ ਵੇਖੋ ਫੋਟੋ ਆਹ ਵੇਖੋ ਆਹ ਕੀ ਕਰ ਰਹੇ ਨੇ ਉਹ ਖੋਤੇ ਦੀ ਇਹ ਕੀ ਸੁੰਘਦੀ ਕੀ ਪਈ ਹੈ ਵੀ ਇਹ ਖੋਤੀ ਦਾ ਬੱਚਾ ਹੈ ਕਿ ਅੰਨੀ ਮਾਂ ਦਾ ਬੱਚਾ ਕੀ ਸੁੰਘਦੀ ਪਈ ਕਿ ਕੁੱਤਾ ਹੈ ਕਿਉਂ ਸੁੰਘਦੀ ਪਈ ਇਹਨੂੰ ਬੰਦਾ ਹੀ ਗੇ ਖੋਤੇ ਦੀ ਬੱਚੀ ਆਹ ਵੇਖ ਲਓ ਆਹ ਸਰਦਾਰਾਂ ਦੇ ਮੁੰਡੇ ਕੀ ਕਰ ਰਹੇ ਨੇ ਮਤਲਬ ਕੀ ਸੋਹਰਾ ਕੀ ਅੱਛਾ ਪਹਿਲਾਂ ਐਲਬਮ ਵੇਖਦੇ ਸੀ ਭੂਆ ਚਾਚੀਆਂ ਮਾਸੀਆਂ ਨੇ ਹੈ ਨਾ ਸਾਰੇ ਸਾਰੇ ਐਲਬਮ ਵੇਖਦੇ ਵਿਆਹ ਦੀ ਹੁਣ ਕੀ ਵੇਖਣਗੇ ਯਾਰ ਕੀ ਵੇਖਣਗੇ ਆਹ ਦਿਓਰਾਂ ਨੇ ਜਦੋਂ ਵੇਖਣੀ ਹੈ ਜੇਠਾ ਨੇ ਵੇਖਣੀ ਅਗਲੇ ਨੇ ਬਾਥਰੂਮ ਹੀ ਲਿਬੇੜਨੇ ਤੁਹਾਡੀਆਂ ਆਹ ਫੋਟੋਆਂ ਵੇਖ ਕੇ ਖੋਤੀ ਦਿਓ ਆਹ ਵੇਖੋ ਆ ਲੈ ਲੈ ਉਹ ਜਾਓ ਉਹ ਤੇਰੇ ਕੋਲ ਬੈਡਰੂਮ 'ਚ ਸਾਲਾ ਸੁਹਾਗ ਰਾਤ ਵਾਲੇ ਦਿਨ 2 ਮਿੰਟ ਤਾਂ ਬਹੁਤ ਜ਼ਿਆਦਾ 30 ਸਕਿੰਟ ਨਹੀਂ ਸਾਲਾ ਤੋਂ ਕੱਢਣ ਹੋਣੇ ਇੱਥੇ ਤੂੰ ਬਣਿਆ ਸਾਲੇ ਇਮਰਾਨ ਹਾਸ਼ਮੀ ਭੈਣ ਦੇ ਯਾਰਾਂ ਨੂੰ ਅੰਨੀ ਦਿਆਂ ਨੂੰ ਕੁਛ ਨਹੀਂ ਪਤਾ ਸਾਲੇ ਹੁਣ ਵੇਖੋ ਲਖੀਮਪੁਰ ਦੇ ਵਿੱਚ ਕਿੱਡਾ ਵੱਡਾ ਹਾਦਸਾ ਹੋਇਆ ਅੰਬਾਲੇ 'ਚ ਵੀ ਹੋ ਗਿਆ ਲਖੀਮਪੁਰ 'ਚ ਆ ਭੈਣ ਦੇ ਯਾਰਾ ਗੰਜਾ ਕਪਲ ਲੰਡਰ ਕਿਰਤ ਤੁਹਾਡੀ ਬੇਬੇ ਦੇ ਚਿੱਤੜਾਂ 'ਤੇ ਥੋੜੀਆਂ ਮਾਰਾਂ ਮਾਂ ਦੀ ਤੁਹਾਡੀ ਦੀ ਸਾਲਿਓ ਭੈਣ ਦਾ ਯਾਰ ਸਿਧਾਰਥ ਸ਼ੁਕਲਾ ਵਰੀਆ ਵੇਖੋ RIP ਸਿਧਾਰਥ ਸ਼ੁਕਲਾ ਉਹ ਖੁਸਰੀ ਪੰਜਾਬਣ ਆ ਵੇਖੋ RIP ਹੈ ਪੀਸ ਸਿਧਾਰਥ ਸ਼ੁਕਲਾ ਵੇਖੋ ਕਿੰਨੇ ਬਲੌਗ ਪਾਏ ਸਿਧਾਰਥ ਸ਼ੁਕਲਾ ਮਰ ਗਿਆ ਹੈ ਹਾਂ ਸੋ ਕਿਊਟ ਸੋ ਅਤੇ ਉਹ ਜਿਹੜੇ ਤੁਹਾਡੇ ਬੇਬੇ ਦੇ ਖਸਮ ਮਰੇ ਨੇ ਜਿਹੜੇ ਉੱਥੇ ਜਿਹੜੇ ਵਿਚਾਰੇ ਸ਼ਹੀਦ ਹੋਏ ਨੇ ਉਹਨਾਂ 'ਚ ਸਾਲਾਂ ਨੇ ਇੱਕ ਪੋਸਟ ਨਹੀਂ ਪਾਈ ਉਹ ਆ ਕੰਜਰ ਉਹ ਮੁੜ ਜਾਓ ਤੁਹਾਡੇ ਅੱਗੇ ਜਿਹੜੇ ਮੁੜ ਜਾਓ ਪੰਜਾਬ ਦੇ ਲੋਕੋ ਮੁੜ ਜਾਓ ਇਹਨਾਂ ਕੰਜਰਾਂ ਦੇ ਪਿੱਛੇ ਨਾ ਲੱਗੋ 70 ਵਾਰੀ ਤੁਹਾਨੂੰ ਮੈਂ ਕਹਿ ਛੱਡਿਆ 70 ਵਾਰੀ ਜੇ ਕੋਈ ਤੁਹਾਡੀ ਭੈਣ ਜੇ ਕੋਈ ਤੁਹਾਡੀ ਕੋਈ ਵੀ ਰਿਸ਼ਤੇਦਾਰ ਭਰਾ ਵੇਖਦਾ ਵੀ ਲੋਕ ਥੱਪੜ ਮਾਰੋ ਸਾਲੇ ਦੇ ਕੋਈ ਚੁੱਪ ਬੰਦ ਕਰੇ ਕੰਜਰਾਂ ਨੂੰ ਇਹਨਾਂ ਨੇ ਤੈਨੂੰ ਕੀ ਦੇਣਾ ਹੁਣ ਗੰਜਾ ਬੋਲਿਆ ਆਸਟ੍ਰੇਲੀਆ ਵਾਲਾ ਉਹ ਕੈਨੇਡਾ ਵਾਲਾ ਮੰਗਤਾ ਬੋਲਿਆ ਆ ਜੱਬਲ ਮਾਰ ਬੋਲਿਆ ਆ ਜੱਬਲ ਮਾਰ ਜਿਹੜੇ ਬੰਦੇ BJP ਦੇ ਬੰਦੇ ਸਾਡੇ ਦੇ ਚਾੜਦੇ ਨੇ ਫਿਰ ਉਹ GTV ਦੀ ਗੱਲ ਸੁਣ ਲਓ ਜੀ ਨਿਊਜ਼ ਵਾਲੇ ਸਾਡੇ ਹੀ ਖਿਲਾਫ ਵੀਡੀਓ ਚਲਾਉਂਦੇ ਨੇ ਸਾਡੇ ਖਿਲਾਫ ਸਾਨੂੰ ਕਹਿੰਦੇ ਅੱਤਵਾਦੀ ਤੁਹਾਡੇ ਸਾਹਮਣੇ ਹੀ ਹੈ ਅੱਤਵਾਦੀ ਦੱਸਦੇ ਨੇ ਸਾਨੂੰ ਸਿੱਖਾਂ ਨੂੰ ਕਿਸਾਨਾਂ ਨੂੰ ਅੱਤਵਾਦੀ ਦੱਸਦੇ ਨੇ ਅਤੇ ਉਹਨਾਂ ਦੀ ਕੀਤੀ ਫਿਲਮ ਪਵਾੜਾ ਆ ਜੱਬਲ ਮਾਰ ਜੱਬਲ ਆਹ ਵੇਖੋ
ਜੱਬਲ ਮਾਰ ਕਹਿੰਦਾ ਮੈਂ ਪਵਾੜਾ ਫਿਲਮ ਵੇਖਣ ਜਾਓ, ਤੇਰੀ ਉਹ ਭੈਣ ਨੂੰ ਜੱਬਲ ਮਾਰਾ, ਤੇਰੀ ਘਰ ਵਾਲੀ ਆਪਣੀ ਭੈਣ ਮੇਰੇ ਕੋਲ ਫਿਰ ਵੇਖੀ ਸੀ ਮੈਂ ਉਹਨੂੰ ਕਿਸਮਤ ਟੂ ਵੀ ਦਿਖਾਉਣਾ, ਉਹ ਵੀ ਜੀ ਟੀ ਵੀ ਨੇ ਕੀਤੀ ਹੈ, ਜੀ ਵਾਲਿਆਂ ਨੇ ਉਹਨੂੰ ਵੀ ਪ੍ਰੋਡਿਊਸ ਕੀਤਾ, ਉਹ ਭੈਣ ਚੋਦਾਂ ਨੂੰ ਕੋਈ ਪਤਾ ਨਹੀਂ ਕਿਹੜੀ ਫਿਲਮ ਸਾਨੂੰ ਵੇਖਣੀ ਚਾਹੀਦੀ ਕਿਹੜੀ ਨਹੀਂ, ਐਵੇਂ ਵੀਰ ਖੁਦ ਕਹਿੰਦਾ ਪਿਆ ਵੀ ਇਹ ਫਿਲਮਾਂ ਛੱਡੋ ਯਾਰ ਇਹ ਹੋ ਗਈਆਂ ਮੇਰੇ ਕੋਲ ਗਲਤੀ 'ਚ, ਪਹਿਲਾਂ ਦੀਆਂ ਕੀਤੀਆਂ ਸੀ ਮੈਂ, ਉਹਨੇ ਸਗੋਂ ਆਪ ਖੁਦ ਵੀ ਨਹੀਂ ਇਹਨਾਂ ਦੀ ਪ੍ਰਮੋਸ਼ਨ ਕੀਤੀ ਇਹ ਫਿਲਮਾਂ ਦੀ, ਐਮੀ ਵਿਰਕ ਨੇ ਵੀ ਨਹੀਂ ਕੀਤੀ, ਅਤੇ ਆਹ ਗਲੀ ਦੇ ਬੱਚੇ ਜਾ ਕੇ ਕਈ ਟਿਕਟੋਕ 'ਤੇ ਕਹਿੰਦੀਆਂ ਕਿਸਮਤ ਟੂ ਵੇਖ ਕੇ ਆਓ, ਕਿਸਮਤ ਟੂ, ਐਮੀ ਵਿਰਕ ਸੋ ਕਿਊਟ, ਉਹ ਆਪ ਐਮੀ ਵਿਰਕ ਕਹਿੰਦਾ ਪਿਆ ਕਹਿੰਦਾ ਨਾ ਵੇਖਿਓ ਫਿਲਮਾਂ ਸਾਲੇ ਉਹਨਾਂ ਉਹਨਾਂ ਦੀ ਸਾ ਆਪਣੀ ਜੇਬ 'ਚੋਂ ਕੱਢ ਕੇ ਨਾ ਪੈਸੇ ਅਤੇ ਜੀ ਟੀ ਵੀ ਵਾਲੇ ਨੂੰ ਦਿੰਦੇ ਪਏ ਨੇ, ਅਤੇ ਜੀ ਟੀ ਵੀ ਮੁੜ ਕੇ ਖਬਰਾਂ 'ਚ ਲਾਉਂਦਾ ਵੀ ਕਿਸਾਨ ਆਤੰਕਵਾਦੀ ਹੈ, ਸਿੱਖ ਆਤੰਕਵਾਦੀ ਹੈ, ਜੇ ਖਾਲਿਸਤਾਨੀ ਹੈ, ਜੇ ਬਿੰਡਰਾ ਵਾਲੇ ਹੈ, ਅਤੇ ਭੈਣ ਦੇ ਯਾਰ ਕੌਣ ਦਿੰਦਾ ਪਿਆ ਉਹਨਾਂ ਨੂੰ ਪੈਸੇ, ਕੌਣ ਦਿੰਦਾ ਪਿਆ ਸਭ ਗੱਲਾਂ ਕਹਿਣ ਦੇ, ਅੱਜ ਜਿੰਨੇ ਵੀ ਜੀ ਟੀ ਵੀ 'ਚ ਕੰਮ ਕਰਦੇ ਨੇ ਉਹਨਾਂ ਦੀਆਂ ਉਹਨਾਂ ਦੀਆਂ ਤਨਖਾਹਾਂ ਕਿੱਥੋਂ ਹੁੰਦੀਆਂ, ਸਾਡੀ ਜੇਬਾਂ 'ਚ ਜਾਂਦੀਆਂ ਨੇ, ਅਤੇ ਕੌਣ ਭੇਜਦਾ ਜੱਬਲ ਮਾਰ ਵਰਗੇ ਆ ਜਾਣ ਮਾਲ, ਇਹ ਕਹਿੰਦਾ ਫਿਲਮਾਂ ਵੇਖਣ ਜਾਓ, ਹੋਰ ਕੌਣ ਕਹਿੰਦਾ ਭਾਅ ਜੀ, ਯਾਰ ਕੋਈ ਬੰਦਾ ਨਹੀਂ ਬੋਲਿਆ, ਕੋਈ ਕੰਜਰ ਵਲੋਗਰ ਨਹੀਂ ਇਹਨਾਂ 'ਤੇ ਬੋਲਿਆ, ਠੀਕ ਹੈ ਜੀ, ਅੱਜ ਤਾਂ ਇੰਨਾ ਹੀ ਸ਼ੋਅ ਸੀ, ਰੱਬ ਰਾਖਾ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।